ਮਾਰਨ ਤੱਕ ਫੋਟੋ ਖਿਚਾਉਣੀ ਆ ਮੈਂ ਦੇਖਿਆ ਇੱਥੇ ਡ੍ਰੇਕ ਇੱਕ ਹੋਟਲ ਚੋਂ ਨਿਕਲਦਾ ਹੋਟਲ ਦੇ ਵਿੱਚੋਂ ਡ੍ਰੇਕ ਨਿਕਲਦਾ ਤੇ ਉਹਨੇ ਨਾ ਕਿਸੇ ਉਥੇ 100 ਬੰਦਾ ਸੱਜੇ ਤੇ 100 ਖੱਬੇ ਖੜਾ ਨਾਲ ਉਹਦੇ 5-7 ਸਿਕਿਉਰਟੀ ਵਾਲੇ ਨੇ ਉਹਨੇ ਨਾ ਸੱਜੇ ਵੇਖਿਆ ਨਾ ਖੱਬੇ ਵੇਖਿਆ ਤੇ ਉਹਨੇ ਗੱਡੀ 'ਚ ਛਾਲ ਮਾਰੀ ਆਪਣੀ ਗੱਡੀ 'ਚ ਬਹਿ ਗਿਆ ਤੇ ਤੁਸੀਂ ਦੇਖੋ ਕਿੰਨਾ ਤੁਹਾਡੀ ਬੇਇੱਜ਼ਤੀ ਕੀਤੀ ਪਰ ਬੰਦੇ ਖੱਬੇ ਕੈਮਰਾ ਸੱਜੇ ਗੋਰਿਆਂ ਦੀ ਮੈਂ ਦੱਸਦਾ ਸੋ ਉਦੋਂ ਬਾਅਦ ਜਦੋਂ ਡ੍ਰੇਕ ਗੱਡੀ ਚੋਂ ਚਲੇ ਗਿਆ ਮੇਰਾ ਦਿਲ ਕਰੇ ਵੀ ਇਹ ਬੰਦੇ ਕਿੱਥੇ ਨੇ ਮੈਂ ਇਹਨਾਂ ਨੂੰ ਜਾ ਕੇ ਮਿਲਾਂ ਕੱਲੇ ਕੱਲੇ ਬੰਦੇ ਨੂੰ ਵੀ ਇੱਕ ਬੰਦੇ ਨੇ ਘਰੇ ਨਹੀਂ ਜਾਣਾ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਣਾ ਤੁਸੀਂ ਕਿੱਥੋਂ ਗੱਡੀ ਚਲਾ ਕੇ ਆਏ ਕਿੱਥੇ ਇੱਥੇ ਖੜੇ ਰਹਿ ਇਹਦਾ ਫਾਇਦਾ ਕੀ ਹੋਇਆ ਤੁਸੀਂ ਉਹਦੀ ਤੁਰੇ ਜਾਂਦੇ ਦੀ ਫੋਟੋ ਖਿੱਚ ਲਈ ਜਾਂ ਕੋਸ਼ ਖਿੱਚ ਲਿਆ ਕੀ ਫਾਇਦਾ ਕੀ ਹੋਇਆ ਮੈਨੂੰ ਦੱਸੋਗੇ ਜੇ ਨਹੀਂ ਤੇ ਇਹਦਾ ਮਤਲਬ ਜਿਹੜਾ ਤੁਹਾਡੇ ਅੰਦਰ ਹਨੇਰਾ ਇਹਨੂੰ ਕੱਢੋ ਜਾਗਰਤ ਹੋਵੋ ਪੁਰਾਣੇ ਸਮਿਆਂ ਦੇ ਵਿੱਚ ਦਾਨੀ ਲੋਕਾਂ ਦੀ ਇੱਜ਼ਤ ਕਰਦੇ ਸੀ ਲੋਕ ਚੰਗੇ ਕਾਜ ਕਰਨ ਵਾਲੀ ਦੀ ਇੱਜ਼ਤ ਕਰਦੇ ਸੀ ਦਸਾਂ ਪਾਸ਼ੀਆਂ ਦਾ ਕੌਨਸੈਪਟ ਇਹੀ ਹੈ 10 ਗੁਰੂ ਸਾਹਿਬਾਨਾਂ ਨੇ ਡਿੱਗੇ ਹੋਏ ਲੋਕਾਂ ਨੂੰ ਚੁੱਕਿਆ ਪਿਆਸਿਆਂ ਨੂੰ ਪਾਣੀ ਪਿਲਾਇਆ ਜਕੀ ਦੇ ਮੋਹਰਮ ਲਾਈ ਇਸ ਕਰਕੇ ਅਸੀਂ ਉਹਨਾਂ ਨੂੰ ਆਪਣੇ ਹੀਰੋ ਵੀ ਮੰਨਦੇ ਹਾਂ ਪਰ ਅੱਜ ਸਾਡੇ ਹੀਰੋ ਇਹਨਾਂ ਦੇ گاਉਂ ਵਾਲੇ ਦੱਸੋ ਹੈ گاਉਂ ਵਾਲੇ ਤਾਂ ਢੋਲੀਆਂ ਮਾਰਦੇ ਫਿਰਦੇ ਆ ਉਹ ਕਹਿੰਦਾ ਇੱਕ ਗਾਣਾ ਆ ਜਿਵੇਂ ਦਾ ਕਹਿੰਦਾ ਭੇਡਾਂ ਦੀ ਲਾਈਨ ਲੱਗ ਜਾਂਦੀ ਆ ਸੋ ਇਹ ਨਾ ਕਿਤੇ ਨਾ ਕਿਤੇ ਦੁਨੀਆ ਆਪਣੇ ਆਪ ਨੂੰ ਮਾਡਰਨ ਸਮਝਣ ਲੱਗ ਪਈ ਹਾਈ ਕਲਾਸ ਜਿਵੇਂ ਭੁੱਖ ਨੰਗ ਜਿਹੜਾ ਉਹਦੇ ਕੋ 20 ਡਾਲਰ ਆ ਜਾਂਦੇ ਉਹ ਬੰਦੇ ਨੂੰ ਪਛਾਣਦਾ ਹੀ ਨਹੀਂ ਇਹ ਇਦਾਂ